ਭੈਣੀ ਬਾਈ ਆ ਤੇ ਘੱਟੇ ਵਾਲੀ ਬਹੁਤ ਪਟਾਕੇ ਪੈਣੇ ਖਿਡਾਰੀ ਸੋਹਣਾ ਮੈਚ ਖੇਡਿਆ ਜਾਣਾ ਰੋਸਾ ਬੀ ਟੀਮ ਜਲਦੀ ਦੇ ਨਾਲ ਆਓ ਜੀ ਗਰਾਊਂਡ ਚ ਭੈਣੀ ਵਾਲੇ ਐਨ ਫੱਟਾ ਮੁੰਡੇ ਭੈਣੀ ਵਾਲੇ ਆਹ ਬੱਲੇ ਬਿੰਦੀ ਇਹ ਬਿੰਦੀ ਉਸਤਾਦ ਆ ਸੈਂਟਰ ਚ ਨਾਲ ਹੌਲਦਾਰ ਚੱਕ ਸੋਨੀ ਭੈਣੀ ਕਾਲੇ ਹੋਰੀ ਚੇਂਜ ਆ ਜੀ ਸਰਵਿਸ ਜੀਰੋ ਜੀਰੋ ਹਰਦੀਪ ਬਾਠ ਵੇਟ ਬਾਈ ਤਲਵੰਡੀ ਦੇ ਭੰਡਿਆਰੀ ਦੀਆਂ ਟੀਮਾਂ ਆ ਗਈਆਂ ਕਰਾਂਗੇ ਕਰਾਂਗੇ ਅਪਡੇਟ ਤਲਵੰਡੀ ਦੇ ਭੰਡਿਆਰੀ ਯਸੀ ਬੋਡੇ ਜੀ ਨਜ਼ਾਰੇ ਆਉਣੇ ਮੈਚ ਦੇ ਪੂਰੇ ਨਜ਼ਾਰੇ ਆਉਣੇ ਮੈਚ ਦੇ ਜਸ ਰਾਏ ਯਸੀ ਬੋਡੇ ਧੰਨਵਾਦ ਬੇਨਤੀ ਇਹਨਾਂ ਨੂੰ ਮੈਚ ਕਰਾ ਦੇਣਗੇ ਭੰਡਿਆਰੀ ਤੇ ਤਲਵੰਡੀ ਮੱਝੂ ਦੇ ਦੋਨੋਂ ਟੀਮਾਂ ਆ ਗਈਆਂ ਯਸੀ ਦੇ ਨਾਲ ਮੈਚ ਖਿਲਾ ਦਈਏ ਜੀ ਆਪਾਂ ਚੇਂਜ ਆ ਜੀ ਜੀਰੋ ਜੀਰੋ ਚੇਂਜ ਜੀਰੋ ਜੀਰੋ ਚੇਂਜ ਅਸੀਂ ਗ੍ਰਾਮ ਹੈ ਜੀ ਵੀ ਭੱਜ ਕੇ ਗ੍ਰਾਮ ਭੰਡਿਆਰੀ ਵਾਲੇ ਮੁੰਡੇ ਜਿਹੜੇ ਰਹਿੰਦੇ ਆ ਉਹ ਜੀ ਗਰਾਊਂਡ ਤੇ ਤਲਵੰਡੀ ਮੱਝੂ ਕਹਿੰਦੀ ਟੀਮ ਆ ਗਈ ਹੈ ਬਹੁਤ ਸੋਹਣਾ ਘੱਟਿਆਂ ਵਾਲੀ ਤੇ ਭੈਣੀ ਬਾਈਆ ਇਧਰ ਚੱਕਾ ਵਾਲਾ ਹੌਲਦਾਰ ਟੱਕਰ ਕਹਿੰਦੇ ਸਿਰੇ ਦੀ ਹੋਣੀ ਤੇ ਨਾਲ ਪਿੰਦੀ ਹੋਰੀ ਭੈਣੀ ਬਾਈਆ ਦੇ ਉਧਰ ਘੱਟਿਆਂ ਵਾਲੀ ਬ੍ਰਾਂਡ ਟੀਮ ਇਧਰ ਵੀ ਬ੍ਰਾਂਡ ਟੀਮ ਭੈਣੀ ਬਾਈਆ ਇੱਕ ਪੁਆਇੰਟ ਹੋ ਗਿਆ ਉਧਰ ਇੱਧਰ ਆਏ ਖਾਤਾ ਨਹੀਂ ਖੁੱਲਿਆ ਖੰਜਰਾਲ ਦਾ ਨਹੀਂ ਮੈਚ ਚੱਲਿਆ ਬਈ ਅਜੇ ਬਈ ਗੱਲ ਬਹੁਤ ਜ਼ਿਆਦਾ ਖਰਾਬ ਹੋ ਪਿਆ ਵੀਰੇ ਬੋਲ ਬੁੱਟੇ ਯਾਰ ਗਾਵੀ ਬੰਟੀ ਚੱਕਾ ਵਾਲਾ ਵੀਰੇ ਉਹ ਗਰਾਊਂਡ ਨੰਬਰ 3 ਚ ਆਵੀ ਬੰਟੀ ਚੱਕਾ ਵਾਲਾ ਕਰਿਓ ਸ਼ੇਅਰ ਕਰਿਓ ਵੀਰੇ ਬਾਈ ਜੀ ਆਪਣੇ ਗਰਾਊਂਡ ਨੰਬਰ ਖੱਚ ਕੇ ਸ਼ੇਅਰ ਕਰਿਓ ਵੀਰੇ ਚਾਹ ਦੇ ਗਾਵੀ ਨੂੰ ਦੇਖੀ ਆ ਬਈ ਗਰਾਊਂਡ ਨੰਬਰ 2003 ਦੇ ਵਿੱਚੋਂ ਜਿਹੜਾ ਵੀ ਗਰਾਊਂਡ ਪਹਿਲਾਂ ਬਿਲਾ ਹੋ ਗਿਆ ਜੀ ਉੱਥੇ ਆਪਾਂ ਮੈਚ ਕਰਾਵਾਂਗੇ 2 ਪੁਆਇੰਟ ਹੋ ਗਏ ਮੇਰੇ ਖਿਆਲ ਚ 2 ਪੁਆਇੰਟ ਹੋ ਗਏ ਮੇਰੇ ਖਿਆਲ ਚ ਬਾਅਦ ਰੈਡ ਬੈਨ ਗਿਆ ਜੀ 2003 ਦੇ ਵਿੱਚੋਂ ਜਿਹੜਾ ਵੀ ਗਰਾਊਂਡ ਪਹਿਲਾਂ ਬਿਲਾ ਹੋਊਗਾ ਸੋ ਇਹ ਮੈਚ ਵੱਡੇ ਖੇਡਣ ਲਈ ਉੱਥੇ ਤਿਆਰ ਬਰ ਤਿਆਰ ਹੋ ਜਾਣਗੇ ਉਹ ਬੱਲੇ ਹੌਲਦਾਰ ਟੋਟੀ ਦਾ ਉਹ ਬੱਲੇ ਹੌਲਦਾਰ ਹੌਲਦਾਰ ਪੁੱਜਾ ਹੋਇਆ ਜੋ ਭੈੜੀ ਬਾਈ ਉਹਦੀ ਟੀਮ ਤੋਂ ਲਈ ਹੈ ਤਮਾਮ ਦਾ ਜਦੋਂ ਮੈਚ ਬੜੇ ਬੱਤਰ ਖੇਡਿਆ ਜਾ ਰਿਹਾ ਫਿਰੋਸ਼ਾ ਦਾ ਬਿੱਦੀ ਫੇਰਦਾ ਤੇ ਨਾਲ ਭੈੜੀ ਬਾਈ ਇਹ ਪਿੰਡ ਦਾ ਕਹਿੰਦੇ ਸੋਨੀਆ ਮੁੰਡਾ ਸਿੱਧੂ ਪਰਿਵਾਰ ਦਾ ਔਰ ਕਹਿੰਦੇ ਮੇਜਰ ਸਿੰਘ ਸਿੱਧੂ ਹੋਰਾਂ ਨੂੰ ਮਾਣ ਹੈ ਆਪਣੇ ਪਿੰਡ ਦੀ ਖੇਡ ਨੂੰ ਬਾਪੂ ਕਹਿੰਦਾ ਰਵਿੰਦਰ ਸਿੱਖੋ ਤੇ ਖਾਦਿਆਨ ਟੋਟੀ ਦਾ ਪਲੇਅਰ ਬਣ ਕੇ ਯਾਰ ਬੋਲੀ ਰਿਸ਼ਤੇਦਾਰ ਸੇਖੋ ਸਾਹਿਬ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੱਡੇ ਮਾਣ ਸਨਮਾਨ ਦਿਲੋਂ ਧੰਨਵਾਦ ਜੀ ਪਹੁੰਚੇ ਕੀਤੇ ਭਰਾਵਾਂ ਨੇ ਜਿਉਂਦੇ ਰਹੋ
ਜਗਕਲਾਂ ਵਾਲਾ ਕਹਿੰਦੇ ਲੱਕੀ ਗਲਤੀ ਕਰ ਗਿਆ, ਬੜਾ ਵਧੀਆ ਮੈਚ ਖੇਡਿਆ ਯਾਰ, ਪਿੰਡੀ ਹੈ ਫਿਰੋਜ਼ਾਂ ਦੀ ਧਰਤੀ ਦਾ, ਦੁਨੀਆਂ ਦੇ ਕਹਿੰਦੇ ਵੱਡੇ ਮਹਾਰਥੀ ਖਿਡਾਰੀਆਂ ਦੇ ਤੌਰ ਤੇ ਦੁਨੀਆਂ ਜਾਣਦੀ ਮੁੰਡੇ ਦੀ ਖੇਡ ਨੂੰ, ਨਾਲ ਚੱਕਾ ਵਾਲਾ ਕਹਿੰਦੇ ਬਲਜੀਤ ਸਿੰਘ ਫੌਲਦਾਰ ਹੈ, ਭੈਣੀ ਬਾਈ ਦਾ ਸੋਨੀ ਹੈ, ਇੱਕ ਟੌਪ ਦਾ ਬੜੇ ਸਿਰੇ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ। ਉਧਰ ਕਹਿੰਦੇ ਭਾਊ ਹੈ ਵਧਾਈਆਂ ਵਾਲਾ ਮੁੰਡਾ ਖੇਡ ਮੈਦਾਨ ਦੇ ਵਿੱਚ, ਤੇ ਨਾਲ ਮੈਂ ਦੇਖਦਾ ਵੀ ਜੱਜ ਬੋਧੀ ਵਾਲੇ ਦੀ ਧਰਤੀ ਸ੍ਰੀ ਮੁਕਤਸਰ ਜ਼ਿਲ੍ਹਾ, ਨਾਲ ਪੰਮੂ ਵਰਗੇ ਮੁੰਡੇ ਰਾਜਪ੍ਰੀਤ ਕਰਕੇ ਖੇਡ ਰਹੇ ਹੈ, ਇੱਕ ਟੌਪ ਦੀ ਟੀਮ ਕਹਿੰਦੇ ਮੁੰਡਿਆਂ ਦੀ ਬਣੀ ਹੋਈ ਹੈ, ਬੜਾ ਸਿਰੇ ਦਾ ਮੈਚ ਖੇਡਿਆ ਜਾਣਾ ਧਰਤੀ ਵਾਲੇ ਮੁੰਡੇ ਆ ਗਏ ਹੈ, ਸਾਰੀ ਬੀ ਟੀਮ ਆ ਜਾਓ ਕਿਰਪਾ ਕਰਕੇ ਜਲਦੀ ਦੇ ਨਾਲ, ਰੋਜ਼ਾ ਬੀ ਵਾਲੇ ਮੁੰਡੇ ਜੀ ਗੋਰਾ ਬਰਾੜ ਵਧੀਆ ਵਧੀਆ ਗੋਰੇ ਬਾਈ ਨਵਜਿੰਦਰ ਸਿੱਖੋ ਫੁੱਲਾਂ ਵਾਲੀਆ ਉਹ ਬੱਲੇ ਵੀਰ ਸਮਝੇ ਨੀ ਜੀ ਨਵਜਿੰਦਰ ਸਿੱਖੋ ਬਾਈ ਕਿੰਨੀ ਪੇਮੈਂਟ ਜੀ ਸਿੱਖੋ ਸਾਹਿਬ ਕਲੀਅਰ ਕਰਿਓ 21,100 ਕਿ 2100 21,100 ਕਿ 2100 ਕਿਹਦੇ ਲਈ ਹੈ ਜ਼ਰੂਰ ਦੱਸੋ ਮੇਰੇ ਬਾਈ ਮੈਰੀ ਖੰਦਰਵਾਲ ਗੋਰਾ ਬਰਾੜ ਇੱਧਰ ਵੀਰੇ ਭੈਣੀ ਬਾਈ ਆ ਉੱਧਰ ਘੱਟਿਆਂ ਵਾਲੀ ਬੜਾ ਤਕੜਾ ਮੈਚ ਨਹੀਂ ਜਾਂਦਾ ਕੁਆਟਰ ਫਾਈਨਲ ਇੱਧਰ ਬਿੰਦੀ ਤੇ ਹੌਲਦਾਰ ਖੇਡਦੇ ਆ ਉੱਧਰ ਆਓ ਬੱਲੇ ਇਹ ਲੱਕੀ ਪੁਲਸੀਆ ਚੱਕਾ ਵਾਲਾ ਨਿੜਦੇ ਉਹ ਵੀ ਕਿਰਪਾ ਕਰਕੇ ਸਟੇਜ ਤੇ ਆ ਜਾਂਦੇ ਮੁੰਡੇ ਹੋ ਰਾਜਸਥਾਨ ਵਾਲੇ ਓਕੇ 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 ਨਵਜਿੰਦਰ ਸਿੱਖੋ ਇੱਕ ਮਿੰਟ ਵੀਰੇ ਹੈਲੋ ਬਾਈ ਇੱਕ ਮਿੰਟ ਨਿਰਸ਼ਾਦ ਨਵਜਿੰਦਰ ਸਿੱਖੋ ਆ ਬਾਈ ਉਹਦੇ ਵੱਲੋਂ ਮਾਸਟਰ ਦਾਵਿੰਦਰ ਕੌਰੀ ਸਿੰਘ ਜੀ ਸਰਪੰਚ ਸਾਹਿਬ ਡਾਕਟਰ ਜਸਵਿੰਦਰ ਸਿੰਘ ਜੀ ਮੈਂਬਰ ਇਹਨਾਂ ਦੋਨਾਂ ਦੀ ਸਨਮਾਨ ਜਿਹੜੇ ਇਹਨਾਂ ਦੇ ਲਾਰਵੇ ਪ੍ਰਸੰਗ ਆਏ ਹੋਏ ਆਪਣੇ ਕੋਲ ਉਹਨਾਂ ਦੇ ਬੇਟੇ ਮੈਂ ਬੇਨਤੀ ਕਰੂੰਗਾ ਦੋਨੋਂ ਵੀ ਜਿਹੜੇ ਪ੍ਰਾਪਤ ਸਿੱਖੋ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਓਕੇ ਓਕੇ ਨਵਜਿੰਦਰ ਬਾਈ ਧੰਨਵਾਦ ਦਾਵੀ ਬਾਈ ਤਾਰਨ ਲਾਲ ਤੋਂ ਪਰ ਨਾਲ ਨਵਜਿੰਦਰ ਸਿੱਖੋ ਹਰਜਿੰਦਰ ਸਿੱਖ ਨਵਜਿੰਦਰ 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 ਸਿੱਖ ਫੁੱਲਾਲ ਇਹਨਾਂ ਭਰਾਵਾਂ ਦੇ ਵੱਲੋਂ ਜਸਵਿੰਦਰ ਢਿੱਲੋਂ ਦਾ ਸਨਮਾਨ ਜਿਹੜਾ 2100 ਦੇ ਨਗਦ ਰਾਸ਼ੀ ਦੇ ਨਾਲ ਕੀਤਾ ਜਾਣਾ ਬੜੀ ਮੁਬਾਰਕ ਹੈ ਹਾਂਜੀ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਗਿੱਦੜ ਗੱਡੀ ਕਿਰਪਾ ਬਾਬਾ ਧੰਨਵਾਦ ਵਾਹ ਮੁੰਡੇ ਉਹ ਪੁਆਇੰਟ ਕਿੰਨੇ ਹੋ ਗਏ ਕਲੇ ਪੁਆਇੰਟ ਹਣੀ 3-5 ਇੱਧਰ 3 ਪੁਆਇੰਟ ਜੀ ਭੈਣੀ ਬਾਈ ਆ 5 ਪੁਆਇੰਟ ਘੱਟਿਆਂ ਵਾਲੀ ਕੁਆਟਰ ਮੈਚ
ਜਿੱਤਣ ਵਾਲੀ ਟੀਮ ਨੇ ਸੈਮੀ ਪਹੁੰਚ ਜਾਣਾ ਹੌਲਦਾਰ ਉਹ ਗਲਤੀਆਂ ਨਹੀਂ ਕਪਿਲ ਮਹਿਤਾ ਬਾਬਾ ਧਰਵਾਜ ਕਪਿਲ ਮਹਿਤਾ ਜਾਵੇਗਾ ਚਾਰ ਪੰਜ ਹੋ ਗਏ ਮੁੰਡਿਓ ਸ਼ੁਕਰੀਆ ਸ਼ੁਕਰੀਆ ਵੀਰੇ ਕਰੀਓ ਸ਼ੇਰ ਚਾਰ ਪੁਆਇੰਟ ਭੈਣੀ ਬਾਈ ਆ ਪੰਜ ਪੁਆਇੰਟ ਕੱਟਣ ਵਾਲੀ ਤੇ ਉਧਰ ਵਾਹ ਬਿੰਦੀ ਉਸਤਾਦ ਸੋਨੀ ਆ ਨਾਲ ਭੈਣੀ ਵਾਲਾ ਐਨ ਨੋਨੇ ਨੋਨਾ ਕਿੱਧਰ ਗਿਆ ਯਾਰ ਭੈਣੀ ਉਹ ਨੋਨੇ ਅਵਰਿਆ ਯਾਰ ਤੂੰ ਕੀ ਕਰਦਾ ਯਾਰ ਚੱਲ ਬਹਿ ਜਾ ਠੀਕ ਆ ਯਾਰ ਠੰਡ ਤਾਂ ਹੁੰਦੀ ਆ ਹੁੰਦੀ ਹੁੰਦੀ ਨਾ ਨਾ ਬਸ ਬਸ ਫਿਰ ਬਣੀ ਨਾ ਹੋ ਠੀਕ ਆ ਰਣਦੀਪ ਵੀ ਆ ਗਿਆ ਕਹਿੰਦੇ ਕੋਕਰੀ ਪੁੱਟਣ ਵਾਲੇ ਜੱਟ ਨਾਲ ਰਾਜਦੀਪ ਉਧਰ ਜਨੇਤ ਪ੍ਰਿਆ ਰਾਜਦੀਪ ਆਇਆ ਵਿਆਹ ਨੇ ਪ੍ਰਿੰਸੀਪਲ ਵਾਲੀਵਾਲ ਤਜਰਬਾ ਖੇਡ ਦੇ ਮੈਦਾਨ ਦੇ ਵਿੱਚ ਲਾਵੀ ਕਿੰਨੇ ਕਿੰਨੇ ਪੁਆਇੰਟ ਆ ਜਸਵਿੰਦਰ ਬਾਈ ਗੋਪੀ ਖੇਡ ਮੈਦਾਨ ਦੇ ਵਿੱਚ ਰੰਗੀ ਨਿਹਾਲ ਦੀ ਧਰਤੀ ਕੱਲ ਵੀ ਮੁੰਡਾ ਕਹਿੰਦੇ ਗੋਪੀ ਲੱਗੀ ਹੈ ਸਨਮਾਨ ਗੁਲਾਬਿਆਂ ਦੇ ਟੂਰਨਾਮੈਂਟ ਤੇ 11,000 ਦੀ ਰੰਗ ਰਾਸ਼ੀ ਨਾਲ ਕੀਤਾ ਜਾਊਗਾ ਨਿਕਲੀ ਗੱਲ ਦਾ ਮੂੰਹ ਵਿੱਚ ਪੈਂਦੀ ਹੈ ਤੇ ਚਲੋ ਡਿੱਗ ਪੈਂਦੀ ਹੈ ਕੋਈ ਚਲੋ ਬੰਦਾ ਪੈਰ ਛੱਡ ਜੇ ਨੌ ਚਾਰ ਉਧਰ ਚਾਰ ਠੀਕ ਹੈ ਜੀ ਨਾਲ ਹੀ ਕਰੋ
ਚੱਕਾਂ ਵਾਲਾ ਹਾਲਦਾਰ ਜਿੰਨੇ ਵੀ ਕੱਟੇ ਪਾ ਦੇਵੇ ਤੇ ਲੱਗੀ ਧੰਨਵਾਦ। ਕੱਲ ਨੂੰ ਰੌਣਕਾਂ ਲੱਗਣੀਆਂ ਨੌ ਲੜੀ ਖੁਰਦ ਵੱਡੀਆਂ ਗੱਲਾਂ ਬਾਤਾਂ। ਕੱਲ ਨੂੰ ਲੁਧਿਆਣੇ ਜ਼ਿਲ੍ਹੇ ਦਾ ਟੋਪ ਦਾ ਮੇਲਾ ਨੌ ਲੜੀ ਖੁਰਦ ਮੇਰੀ ਫਿਰੋਜ਼ਸ਼ਾਹ ਬੀ ਵਾਲੇ ਮੁੰਡੇ ਕਿਰਪਾ ਕਰਕੇ ਗਰਾਊਂਡ ਚ ਆ ਜਾਓ ਫਿਰੋਜ਼ਸ਼ਾਹ ਦੀ ਬੀ ਟੀਮ, ਕਿਉਂਕਿ ਫਿਰ ਆਪਣੇ ਨੈਟ ਸਾਰੇ ਬੰਦ ਹੋ ਜਾਣੇ ਆ। ਇੱਕ ਨੈਟ ਹੀ ਚੱਲਣਾ, ਫਿਰ ਜੇਤੂ ਦੇ ਨਾਲ ਮੈਚ ਆ ਜਾਣਾ। ਫੁੱਲਾਲ ਦੇ ਕੱਪ ਦਾ ਸੋਨੇ ਦੀ ਮੁੰਦੀ ਦਾ ਰਾਮ ਬਾਲੀ ਦਾ ਖਿਡਾਰੀ ਭਾਈ ਰਾਮਾ ਜੀ, ਉਹਨਾਂ ਦਾ ਵਿਸ਼ੇਸ਼ ਕਰਕੇ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ। ਆਓ ਮੇਰਾ ਵੀਰ, ਆਪਾਂ ਜਿਹੜਾ ਵੀ ਮਾਨ ਸਨਮਾਨ ਕਰਾਂਗੇ। ਘੋਗਾ ਖੰਜਰਾਲ ਮਿਲੇ ਜੀ ਮੈਨੂੰ ਆ ਕੇ, ਕਾਲਾ ਜਾਂ ਘੋਗਾ ਖਿਡਾਰੀ ਜ਼ਰੂਰ ਮਿਲੇ। ਘੋਗਾ ਖੰਜਰਾਲ ਮਨਦੀਪ ਹਰਜਿੰਦਰ ਬਰਾੜ, ਗੋਪਾ ਮਾਨ ਨਹੀਂ ਆਇਆ ਬਾਈ, ਗੋਪਾ ਮਾਨ ਨਹੀਂ ਆਇਆ। ਉਧਰ ਨਵਜਿੰਦਰ ਸਿੱਖੋ ਫੁੱਲਾਂ ਵਾਲੀਆਂ ਨਾਲ ਦਾਰਾਂ ਲਾਲ ਤੋਂ ਵੱਡੇ ਮਾਣ ਸਨਮਾਨ ਆਉਣ ਵਾਲੇ ਲੁਧਿਆਣੇ ਦੇ ਕਿਸੇ ਵੀ ਟੂਰਨਾਮੈਂਟ ਤੇ ਬਹੁਤ ਬਹੁਤ ਧੰਨਵਾਦ ਬਾਈ ਮਾਸਟਰ ਫੁੱਲਾਂ ਵਾਲ ਗੁਰਵੀਰ ਦਿਓ। ਬੇਨਤੀ ਹੈ ਕਾਲਾ ਖੰਜਰਾਲ ਜਾਂ ਘੋਗਾ ਮੈਚ ਕਰਾ ਦੇਣ, ਦੋਨੋਂ ਟੀਮਾਂ ਆ ਗਈਆਂ, ਘੋਗਾ ਖੰਜਰਾਲ ਜਾਂ ਕਾਲਾ ਖੰਜਰਾਲ ਮੈਚ ਕਰਾ ਦੇਣਗੇ ਜੀ ਆ ਕੇ। ਹਾਂਜੀ ਹਾਂਜੀ ਧੰਨਵਾਦ ਯੁਵਰਾਜ ਸਿੰਘ ਨੇਜਾ ਡੱਲਾ, ਧੰਨਵਾਦ ਧੰਨਵਾਦ ਜੀ। ਕੋਮਲ ਟਾਸ ਕਰਵਾਕੇ ਗੋਪਾ ਮਾਨ ਨਹੀਂ ਆਇਆ, ਨਹੀਂ ਆਇਆ ਖਿਡਾਰੀ ਵੀ ਕਿਰਪਾ ਕਰਕੇ ਆਪਣੇ ਆਪ ਨੂੰ
ਵਧਾਈਆਂ ਵਾਲਾ ਵਾਧਾ ਕਰ ਗਿਆ ਆਪਣੀ ਟੀਮ ਕੋਲ। ਇੱਕ ਹੋਰ ਪਲੇਅਰ ਜਿਹੜਾ ਮੁੰਡੇ ਨੇ ਜੋੜ ਦਿੱਤਾ ਛੋਗੜਾ ਦਲੇਰ ਮੇਹਰ ਔਸ਼ਲੀ ਦੇ ਥਾਪੀ ਤੇ ਪਾਪੂ ਆਖਦਾ ਸ਼ੇਰ ਸੁੱਖੀ ਲੋਕੋ ਲੋਕੋ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਪੱਗ ਦੇ ਪਿਛਾਂ ਵੱਲ ਮੋੜ ਦਿੰਦੇ ਆ। ਆਓ ਬੁੱਤਰਾਂ ਦੀ ਹਿੰਦ ਵੀ ਲਵੇਰ ਸਭੋ ਪੱਕੀਆਂ ਖਿਡਾਰੀਆਂ ਦੇ ਤੇ ਸਾਡੇ ਕਰੀਨਾ ਰਿਕਾਰਡ ਸੈੱਟ ਕਰਦਾ ਅਸੀਂ ਜਿਹੜਾ ਗੱਭਰੂ ਰਿਕਾਰਡ ਬਣਾਉਂਦਾ ਤੇ ਇੱਥੋਂ ਦੇ ਗੱਭਰੂ ਦਾ ਰਿਕਾਰਡ ਅੱਜ ਸੈੱਟ ਬਾਰਾਂ ਪੰਜ ਜੀ ਬਾਰਾਂ ਪੰਜ ਇੱਧਰ ਬਾਰਾਂ ਉੱਧਰ ਪੰਜ ਲਾਉਣਾ ਜੀ ਆਪਾਂ ਕਾਲੇ ਖੰਜਰਾਂ ਨੂੰ ਫੋਨ ਮਾਰ ਦਿਓ ਜੀ ਮੇਰਾ ਤੇ ਫੋਨ ਨੀ ਚੱਕਦਾ ਕਾਲਾ ਬਾਰਾਂ ਪੰਜ ਬਾਰਾਂ ਘੰਟੇ ਵਾਲੀ ਪੰਜ ਭੈਣੀ ਭਾਈਆ ਨਵੇਂ ਮੈਚ ਕਰਾਇਆ ਕਰ ਸਾਡੇ ਸਾਬਕਾ ਸਰਪੰਚ ਪਾਣੀ ਸਿਰ ਤੋਂ ਲੰਘਦਾ ਲੱਗਦਾ ਫੜ ਲਾ ਤਿਆਰੀ ਤੇ ਜਾ ਫਿਰ ਕਹਿ ਪੱਟੀ ਵਾਲੇ ਨੂੰ ਵੀ ਹੋਰ ਕੋਈ ਨਾ ਕੋਈ ਔਖੀ ਦਾ ਹਿੱਕ ਤੇ ਬਾਲਣਾ ਪੈਣਾ ਤੇ ਗੱਲ ਜਿਹੜੀ ਇਧਰਲੇ ਪਾਸੇ ਵੀ ਸੁਰੇ ਦਾ ਉਧਰ ਮੋਦੀ ਝੱਖੜਾ ਸਾਡਾ ਵੀਰ ਹੌਲਦਾਰ ਦਾ ਟੱਪਾ ਉਸਤਾਦ ਦਾ ਟੱਪਾ ਜਿਹੜਾ ਆਪਣੇ ਵੱਲੋਂ ਪੰਜ ਪੰਜ ਸੌ ਦਾ ਹੋ ਜਾਏਗਾ ਕਈ ਕਰੋ ਸ਼ੁਰੂ ਮੈਂ ਯਾਰ ਗਰਾਊਂਡ ਨੰਬਰ ਇੱਕ ਬੜਾ ਖਿੱਚੋ ਮੀਟਰ ਨੱਪੀ ਆਓ ਕੰਮ ਨੂੰ ਵਾਹ ਮੁੰਡਿਓ ਇੱਥੇ ਰੱਖ ਆਪਣੇ ਸਨਮਾਨ ਜਿਹੜੇ ਉਹ ਜ਼ਰੂਰ ਪ੍ਰਾਪਤ ਕਰ ਲੈਣਗੇ ਹਰ ਇਧਰਲੇ ਮੁੰਡਿਆਂ ਦੇ ਜੇਤੂ ਪਲੇਅਰ ਖੇਡਦੇ ਆ ਭੈੜੀ ਪਾਈਏ ਵਾਲਿਆ ਵੇਲੇ ਕਈ ਤੇ ਸੋਨਾ ਵੀਰਾਂ ਆਪ ਬਣਾਉਣੀ ਪੈਂਦੀ ਹੈ ਥੋੜਾ ਤਕੜਾ ਹੋਣਾ ਪੈਣਾ ਕਹੇ ਚੱਕਾ ਵਾਲੇ ਹਾਲਦਾਰ ਨੂੰ ਵੀ ਤੇਰੀ ਦੁਨੀਆ ਦਬਾਈ ਸੋਨੇ ਟੱਪੇ ਰੋਸ਼ਾਂ ਦੇ ਬਿੰਦੀ ਦਾ ਕਹਿੰਦੇ ਤੱਤਾ ਤਜਰਬਾ ਚੜ ਜਾਵੇ ਕੁੱਟੀ ਬਹੁਤੀ ਹਵਾ ਨੀ ਕਰੀਦੀ ਤੇ ਫਿਰ ਚ ਹੰਕਾਰ ਆ ਕੇ ਗੱਲ ਵੀ ਕਰੀਦੀ ਹੈ ਉਹਦੇ ਰੰਗਾਂ ਦਾ ਕੁਝ ਪਤਾ ਲੱਗੇਗਾ ਕਈ ਵਾਰੀ ਕਾਂਡੇ ਦੁੱਖ ਪੈਂਦੇ ਚਰਦੇ ਤੇ ਕਰਤਾ ਹੈ ਮਾਨ ਦੱਸ ਕਿਹੜੀ ਗੱਲ ਦਾ ਤੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਕਰਦਾ ਹੈ ਮਾਨ ਦੱਸ ਕਿਹੜੀ ਗੱਲ ਦਾ ਇੱਧਰ ਮਾਨ ਸਨਮਾਨ ਜਿਹੜੀ ਕੀਤੀ ਜਾ ਰਹੀ ਹੈ ਕੋਈ ਗੱਲ ਨੀ
ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ। ਲਾਲ ਸ਼ੇਰਾਂ ਦੀ ਟੱਕਰ ਹੈ, ਇੱਕ ਟੱਕਰ ਹੋ ਗਈ ਸ਼ੇਰਾਂ ਦੀ, ਖੜ ਕੇ ਦੇਖੂ ਕੁੱਲ ਜਮਾਨਾ ਹੋ ਕੱਪ ਜੋ ਜਿੱਤਣ ਦੇ ਬਈ ਖੰਨਾ ਦੇ ਤੋੜਾਂ ਦੇ ਵਿੱਚ ਜਾਂਦਾ ਖੇਤਰਲੇ ਪਾਸੇ ਖੜਾਂਗਾ ਵਾਲਾ ਫੇਰ ਕੋਸ਼ਿਸ਼ ਕਰਦਾ ਨਾਲ ਕਹਿੰਦੇ ਪੰਜੀ ਵਾਲਾ ਟੋਪੀ ਆਇਆ ਹੋਇਆ ਖੁਸ਼ਦੀਪ ਨੰਗ ਦੇ ਕੱਟਿਆ ਵੀ ਪੈਂਦਾ ਨਾਲ ਪੰਬੂਆ ਰਾਜਦੀਪ ਚੱਜ ਵਰਗੇ ਕਹਿੰਦੇ ਬੱਲਾ ਬੱਲਾ ਕਰਵਾਈ ਤੁਰੇ ਆਉਂਦੇ ਆ। ਪਰ ਜੇ ਤੂੰ ਚਾਹਵੇ ਨਾ ਚੱਕਾ ਵਾਲਿਆ ਤੇ ਇੱਥੋਂ ਵੀ ਮੈਚ ਦਾ ਪਾਸਾ ਪਲਟਿਆ ਜਾ ਸਕਦਾ। ਇੱਧਰ ਪੰਜੀ ਵਾਲੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਵੀ ਕਰਤਾ ਕਹਿਰ ਕੇਪਰਾ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਹੈ ਤੇ ਗੱਲ ਰਾਜੇ ਖੇਲੋ ਦੀ ਵੀ ਸਿੱਧੀ ਧੂ ਕਾਲ ਜੇ ਪਾਉਂਦੀ ਹੈ ਉਹ ਗੱਲ ਰਾਜੇ ਖੇਲੋ ਦੀ ਹੈ ਭਾਈ ਸਿੱਧੀ ਧੂਪ ਕਾਲ ਜੇ ਪਾਉਂਦੀ ਹੈ। ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਹਰੀ ਕਿੰਨੇ ਕਿੰਨੇ ਪੁਆਇੰਟਾਂ ਦੀ ਰਾ ਦੱਸੀ ਚਾਲੂ ਦੇ ਵੀਰੇ ਕਰਦੇ ਵੀਰੇ ਆਈ ਆਪਣੇ ਹਰੀ ਚਾਲੂ ਦੇ ਮੈਚ ਮੋਟਾ ਮਿਲਿਆ ਕੇ ਗਰਾਊਂਡ ਚ ਮੋਟਾ ਪੱਟੀਆਂ ਮੋਟਾ ਪੱਟੀਆਂ ਸਾਡੇ ਜਿੱਥੇ ਵਾਸ ਸਿੰਘ ਦੇ ਮਿਲਣ ਲਾ ਕੇ ਗਰਾਊਂਡ ਚ ਮੋਟਾ ਪੱਟੀਆਂ ਮਰਜ਼ੀ ਪੱਤੇ ਪਾ ਦੇ ਹਰ ਇੱਕ ਟੱਪੇ ਦਾ ਪੰਜ ਪੰਜ ਸੌ ਦਿੱਤਾ ਜਾਊਗਾ ਵੀ ਹਰ ਇੱਕ ਟੱਪੇ ਦਾ ਜਿਹੜਾ ਆਪਾਂ ਪੰਜ ਪੰਜ ਸੌ ਦੇਣਾ ਹਰਪ੍ਰੀਤ ਦਾ ਕਹਿੰਦੇ ਝੱਖੜ ਵਾਲੀ ਅੱਗੇ ਵੀ ਕਹਿੰਦੀ ਦੇ ਪੱਥਰ ਤੇ ਮੋਟਾ ਪੱਟੀਆਂ ਮਿਲੇ ਜੀ ਆ ਕੇ ਗਰਾਊਂਡ ਚ ਮੋਟਾ ਪੱਟੀਆਂ ਬੇਨਤੀ ਹੈ ਜਲਦੀ ਦੇ ਨਾਲ ਪੱਟੀਆਂ ਵਾਲਾ ਮੋਟਾ ਗਰਾਊਂਡ ਚ ਮਿਲੇ ਆ ਕੇ ਪੁਆਇੰਟ ਥੋੜੇ ਬਾਕੀ ਆ ਕਿੰਨੇ ਹੋ ਗਏ ਭਾਊ ਮਾਨ ਸਨਮਾਨ ਉਹ ਜਿਹੜੇ ਬੰਦੇ ਹੋਣਗੇ ਇੱਧਰ ਨੰਬਰ ਕਹਿੰਦੇ ਲਾਸਟ ਆ ਮੇਰੀ ਬੇਨਤੀ ਆ ਬਾਈ ਖੰਜਰਵਾਲ ਤੇ ਬੰਦੇ ਉਹ ਵੀ ਆ ਗਏ ਮੇਰਾ ਵੀਰ ਲੈ ਵੀ ਦੱਸੋ ਇੱਧਰ ਕੀ ਹਿਸਾਬ ਕਿਤਾਬ ਹੈ ਕੁਲਵੀਰ ਹਾਂਜੀ ਹਾਂਜੀ ਗੁਰਮੀਤ ਸਿੱਧੂ ਕੀ ਪੁੱਛਿਆ ਵੀਰੇ ਸੋਰੀ ਬ੍ਰੋ ਫਿਰੋਜ਼ਾ ਬੀ ਆਈ ਹੈ ਵੀਰੇ ਆਈ ਹੈ ਗੁਰਮੀਤ ਸਿੱਧੂ ਬਾਈ ਫਿਰੋਜ਼ਾ ਬੀ ਆਈ ਹੈ ਮੋਟਾ ਪੱਟੀਆਂ ਵੇ ਸਾਡਾ ਭਜਨ ਲਾਲ ਨੰਬਰਦਾਰ ਬਾਬਾ ਧੰਨਵਾਦ ਭਜਨ ਲਾਲ ਜੀ ਨੰਬਰਦਾਰ ਬਾਬਾ ਧੰਨਵਾਦ ਜੀ ਫਿਰੋਜ਼ਾ ਬੀ ਦਾ ਮੈਚ ਇੱਕ ਮਿੰਟ ਕਿੱਥੇ ਚੱਲਿਆ ਉਹ ਇੱਕ ਮਿੰਟ ਚੱਲਿਆ ਕਿ ਕਿੱਥੇ ਉੱਧਰ ਚੱਲੂਗਾ ਵੀਰੇ ਸਟਾਰ ਵਾਲੀਵਾਲ ਦੇ ਪੇਜ ਤੇ ਆਪਣੇ ਇੱਕ ਨੰਬਰ ਗਰਾਊਂਡ ਤੇ ਚੱਲੂਗਾ ਫਿਰੋਜ਼ਾ ਬੀ ਦਾ ਪਿਛਲੇ ਰਾਊਂਡ ਦਾ ਰਹਿੰਦਾ ਉਹਨਾਂ ਦਾ ਮੈਚ ਅਜੇ ਠੀਕ ਆ ਲੱਕੜਕਾ ਮੈਲ ਹੋ ਗਈ 9 ਮਿੰਟ ਬਾਬਾ ਧੰਨਵਾਦ ਪੁਆਇੰਟ ਦੱਸ ਦਿਆ 17 ਮਹਿਰ ਭਾਈ ਜੀ ਬਾਬਾ ਧੰਨਵਾਦ ਓਏ ਕੱਟਿਆਂ ਵਾਲੀ ਬਹੁਤ ਤਗੜਾ ਖੇਡ ਰਿਹਾ ਮੁੰਡੇ ਯਾਰ ਪਿਛਲੇ 14-15 ਮੇਲੇ ਲਗਾਤਾਰ ਮੁੰਡਿਆਂ ਨੇ ਜਿੱਤ ਲਿਆ ਕੱਟਿਆਂ ਵਾਲੀ ਟੀਮ ਨੇ ਇੱਥੇ ਖੰਜਰਵਾਲ ਦਾ ਮੈਚ ਆਉਣਾ ਬੋਡਿਆਂ ਨਾਲ
ਬਹੁਤ ਤਕੜਾ ਮੈਚ ਲੱਗਣਾ ਐਂਡ ਕੈਨੇਡਾ ਸਰਫ ਬੱਗੀ ਸਿੰਘ ਜੀ ਉਹਨਾਂ ਦਾ ਸਨਮਾਨ ਹੈ ਜੀ ਸਚਿਨ ਨਨੇਹੜੀ ਬਹੁਤ ਧੰਨਵਾਦ ਇਧਰ ਮੈਚ ਕਰਾ ਕੇ ਕਟਿਆਲੀ ਵਾਲੇ ਮੁੰਡੇ ਜਿੱਤ ਗਏ ਕਟਿਆਲੀ ਵਾਲਾ ਇਧਰ ਆਓ ਜੀ ਚਲੋ ਕੋਮਲ ਜੀ ਚਲੋ ਚਲਾਓ ਮੈਂ ਰਮਨਵੀਰ ਸਿੰਘ ਜੀ ਕਨੇਡਾ ਸਨਫ ਮਨਜੀਤ ਸਿੰਘ ਜੀ ਉਹਨਾਂ ਦਾ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਦੋਡੇ ਦੇ ਖੰਜੇਵਾਲ ਟੀਮਾਂ ਗਰਾਊਂਡ ਨੰਬਰ ਦੋ ਦੇ ਵਿੱਚ ਆਓ ਜੀ ਦੋਡੇ ਦੇ ਖੰਜੇਵਾਲ ਆਓ ਮੇਰਾ ਵੀਰ ਬਣ ਕੇ ਤਾਂ ਇਹ ਵੀ ਮੈਚ ਚਾਲੂ ਕਰ ਦਈਏ ਦੋਡੇ ਤੇ ਖੰਜੇਵਾਲ ਦੀ ਟੀਮ ਦਾ ਮੈਚ ਜਿਹੜਾ ਖੇਡਿਆ ਜਾਣਾ ਵੀਰੇ ਗਰਾਊਂਡ ਨੰਬਰ ਦੋ ਦੇ ਵਿੱਚ ਮੁੰਡੇ ਆ ਜਾਣਗੇ ਜੀ ਲੈ ਹਨੀ ਇੱਧਰ ਆਇਆ ਤੂੰ ਕੋਈ ਗੱਲ ਨੀ ਉਹ ਤਾਂ ਹੋਰ ਲਾ ਦੇ ਰੈਫਰੀ ਮੋਟਾ ਲਾ ਦਾਂਗੇ ਇੱਧਰ ਆਇਆ ਹਨੀ